ਸਾਡਾ ਅੱਜ ਫਰਜ਼ ਬਣਦਾ ਆ ਇੱਕ ਇੱਕ ਨੌਜਵਾਨ ਦਾ ਆਪਣੀ ਰੋਟੀ ਦੀ ਲੜਾਈ ਸਾਡੇ ਕਿਸਾਨ ਸਾਡੇ ਬਜ਼ੁਰਗ ਲੜ ਰਹੇ ਨੇ ਇਹ ਜਨਰੇਸ਼ਨ ਤੁਹਾਨੂੰ ਦੁਬਾਰਾ ਨਹੀਂ ਲੱਭਣੀ ਇਹ ਬਜ਼ੁਰਗ ਸਾਨੂੰ ਦੁਬਾਰਾ ਨਹੀਂ ਲੱਭਣੇ ਸਾਡੀ ਆਉਣ ਵਾਲੀ ਪੀੜ੍ਹੀ ਤੇ ਇੰਨੀ ਮਤਲਬੀ ਹੋ ਚੁੱਕੀ ਹੈ ਕਿ ਉਹਨਾਂ ਨੂੰ ਸਿਰਫ ਆਪਣੇ ਕੰਮ ਨਾਲ ਕੰਮ ਮਤਲਬ ਹੈ ਸਾਰੇ ਬਾਹਰ ਜਾਈ ਜਾ ਰਹੇ ਨੇ ਸਾਡੇ ਪੰਜਾਬ ਨੂੰ ਕੌਣ ਬਚਾਊਗਾ ਇਹੀ ਬਜ਼ੁਰਗ ਆ ਵਿਚਾਰੇ ਇਹਨਾਂ ਨੂੰ ਸਾਂਭ ਲਓ ਜਿਹੜੀ ਕਿ ਜ਼ਹਿਰੀਲੀਆਂ ਗੈਸਾਂ ਸਹਿ ਰਹੇ ਨੇ ਤੁਹਾਡੇ ਪਿੱਛੇ ਕਿਹਦੇ ਪਿੱਛੇ ਤੁਹਾਡੇ ਪਿੱਛੇ ਇਹ ਕੋਈ ਹਿੰਦੂ ਮੁਸਲਿਮ ਸਿੱਖ ਦਾ ਮਸਲਾ ਨਹੀਂ ਗਾ ਇਸ ਟਾਈਮ ਦੇ ਉੱਤੇ ਪੰਜਾਬ ਦੇ ਜਿੰਨੇ ਹਿੰਦੂ ਪੰਜਾਬੀ ਨੇ ਉਹਨਾਂ ਦੀ ਵੀ ਖੜਨ ਦੀ ਅੱਜ ਟੈਸਟ ਹੈ ਉਹਨਾਂ ਨੂੰ ਖੜਨਾ ਚਾਹੀਦਾ ਹੈ ਆਪਣੇ ਕਿਸਾਨਾਂ ਦੇ ਨਾਲ ਰੋਟੀ ਤੇ ਉਹ ਵੀ ਖਾਂਦੇ ਨੇ ਨਾ ਇਹ ਜਿਹੜੇ ਬੀਜੇਪੀ ਵਾਲੇ ਹਮੇਸ਼ਾ ਏਜੰਡਾ ਬਣਾਉਂਦੇ ਨੇ ਪੋਲਰਾਈਜੇਸ਼ਨ ਕਰਦੇ ਨੇ ਹਮੇਸ਼ਾ ਸਾਨੂੰ ਆਪਸ ਚ ਵੰਡਣ ਦੀਆਂ ਗੱਲਾਂ ਕਰਦੇ ਨੇ ਤੁਸੀਂ ਐਸ ਕੀ ਸਾਰੇ ਹਿੰਦੂ ਵੀ ਇਕੱਠੇ ਹੋ ਕੇ ਉੱਥੇ ਬਾਰਡਰਾਂ ਦੇ ਉੱਤੇ ਜਾਓ ਤੁਸੀਂ ਕਹੋ ਅਸੀਂ ਵੀ ਪੰਜਾਬੀ ਹਾਂ ਅਸੀਂ ਵੀ ਪੰਜਾਬ ਦੇ ਹਮਾਇਤੀ ਹਾਂ ਸਾਡੇ ਵਾਸਤੇ ਇਹ ਖੜੇ ਨੇ ਅਸੀਂ ਇਹਨਾਂ ਵਾਸਤੇ ਖੜੇ ਹਾਂ ਤੁਸੀਂ ਕੌਣ ਹੁੰਦੇ ਹੋ ਸਾਡੇ ਵਿੱਚ ਵੰਡੀਆਂ ਪਾਉਣ ਵਾਲੇ ਤੁਹਾਨੂੰ ਅੱਜ ਜਵਾਬ ਦੇਣ ਦੀ ਲੋੜ ਹੈ ਪੰਜਾਬ ਦੇ ਸਕੇ ਬਣਨ ਦੀ ਲੋੜ